ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਅਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਕਿ ਪਨੀਰੀ ਦਾ ਵਾਧਾ ਰੁਕਣਾ, ਪੀਲਾ ਪੈਣਾ, ਪੱਤੇ ਚਿੱਟੇ ਹੋਣੇ, ਪੱਤਿਆਂ ਦੀਆਂ ਨੋਕਾਂ ਤੋਂ ਮੱਚਣਾ ਸ਼ੁਰੂ ਹੋਣਾ, ਬੂਟੇ ਦੌਗੀਆਂ ਦੇ ਵਿੱਚ ਮੱਚਣੇ, ਪੱਤੇ ਜੰਗਾਲੇ ਹੋਣੇ, ਉਹਦੀਆਂ ਮੈਂ ਨਿਸ਼ਾਨੀਆਂ ਵੀ ਵੀਡੀਓ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਅਤੇ ਨਾਲ ਦੀ ਨਾਲ ਜਿਵੇਂ ਜਿਵੇਂ ਅਪਡੇਟ, ਜਿਹੜੀ ਕੋਈ ਸਵਾਲ ਆਉਣਗੇ ਆਪਾਂ ਹੋਰ ਜਾਣਕਾਰੀਆਂ ਵੀ ਅੱਗੇ ਸ਼ੇਅਰ ਕਰਾਂਗੇ। ਪਰ ਪਨੀਰੀ 'ਚ ਸਿਰਫ ਦੋ ਤੱਤਾਂ ਦੀ ਮੁੱਖ ਤੌਰ 'ਤੇ ਘਾਟ ਆਉਂਦੀ ਆ, ਉਹਦੇ ਬਾਰੇ ਆਪਾਂ ਜਾਣਕਾਰੀ ਸਾਂਝੀ ਕਰਨੀ। ਜੇ ਕੋਈ ਨਵੇਂ ਕਿਸਾਨ ਵੀ ਜੁੜੇ, ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਬਾ ਲਓ, ਫੇਸਬੁੱਕ ਪੇਜ 'ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਮਿਲਦੀ ਰਹੇ। ਅਤੇ ਆਪਾਂ ਬਹੁਤ ਘੱਟ ਖਰਚੇ 'ਤੇ ਬਹੁਤ ਸ਼ਾਨਦਾਰ ਪਨੀਰੀ ਅਤੇ ਬਹੁਤ ਸ਼ਾਨਦਾਰ ਫਸਲ ਚੰਗੇ ਝਾੜ ਨਾਲ ਜਿਹੜੀ ਹੈਗੀ ਆ ਲੈ ਸਕਦੇ ਹਾਂ। ਸੋ ਕਿਸਾਨ ਵੀਰੋ, ਜਿਹੜੀ ਪਨੀਰੀ ਦੇ ਨਵੇਂ ਪੱਤੇ ਪੀਲੇ ਪੈਣੇ ਜਾਂ ਚਿੱਟੇ ਹੋਣੇ ਜਾਂ ਪੱਤੇ ਜੰਗਾਲੇ ਹੋਣੇ, ਇਹ ਦੌਗੀਆਂ ਦੇ ਵਿੱਚ ਹੀ ਹੁੰਦਾ। ਜੇ ਆਪਾਂ ਮੌਕੇ 'ਤੇ ਤਾਂ ਇਲਾਜ ਨਹੀਂ ਕਰਦੇ ਸਹੀ ਇਲਾਜ, ਤਾਂ ਫਿਰ ਦੌਗੀਆਂ ਦੇ ਵਿੱਚ ਬੂਟੇ ਆਪਣੇ ਮੱਚਣੇ, ਸੁੱਕਣੇ, ਸੜਨੇ ਵੀ ਸ਼ੁਰੂ ਹੋ ਸਕਦੇ ਆ। ਤਾਂ ਇਹਦਾ ਟਾਈਮਲੀ ਇਲਾਜ ਕਰਨਾ, ਸਸਤਾ ਅਤੇ ਬਹੁਤ ਟਿਕਾਊ ਇੱਕ ਨੰਬਰ ਫਾਰਮੂਲਾ। ਆਪਾਂ ਪਿਛਲੇ ਸਾਲਾਂ ਤੋਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ। ਕਈ ਵਾਰ ਕੀ ਹੁੰਦਾ ਕਿ ਕਿਸਾਨ ਵੀਰ, ਜਿਹੜੀ ਘਾਟ ਹੁੰਦੀ ਆ, ਜਿਹੜੀ ਜ਼ਰੂਰਤ ਹੁੰਦੀ ਆ, ਉਹ ਆਪਾਂ ਚੀਜ਼ ਨਹੀਂ ਵਰਤਦੇ, ਹੋਰ ਆਪਾਂ ਕਈ ਵਾਰ ਕੋਈ ਲਿਕੁਇਡ ਪਾ ਦਿੰਦੇ ਹਾਂ, ਕਈ ਵਾਰ ਕੋਈ ਮਿਕਸਚਰ ਪਾ ਦਿੰਦੇ ਕਿ ਇਹ 'ਚ ਸਾਰੇ ਤੱਤ ਆ, ਉਹ ਪ੍ਰੋਡਕਟ ਠੀਕ ਹੈ ਪਰ ਉਹ ਮਹਿੰਗੇ ਹੁੰਦੇ ਆ ਅਤੇ ਉਹਨਾਂ ਦੇ ਵਿੱਚ ਜਿਹੜਾ ਕੰਟੈਂਟ ਆ, ਰਿਕੁਆਇਰਡ ਕੰਟੈਂਟ, ਜਿਹੜਾ ਤੱਤ ਚਾਹੀਦਾ, ਉਹ ਬਹੁਤ ਘੱਟ ਘੱਟ ਮਾਤਰਾ 'ਚ ਹੁੰਦੇ ਆ। ਉਹਨਾਂ ਦੀ ਫਿਰ ਆਪਾਂ ਨੂੰ ਕੁਆਂਟਿਟੀ ਵੱਧ ਪਾਉਣੀ ਪੈਂਦੀ, ਫਿਰ ਖਰਚ ਵੱਧ ਹੈ ਅਤੇ ਉਹ ਟਾਈਮਲੀ ਠੀਕ ਵੀ ਨਹੀਂ ਹੋ ਪਾਉਂਦੇ, ਆਪਾਂ ਨੂੰ ਟਾਈਮ ਲੱਗ ਜਾਂਦਾ। ਫਿਰ ਕਈ ਕਿਸਾਨ ਵੀਰ ਵਿੱਚ ਉੱਲੀ ਨਾਸ਼ਕ ਪਾਉਣ ਲੱਗ ਪੈਂਦੇ ਆ, ਕਈ ਕਿਸਾਨ ਵੀਰ ਵਿੱਚ ਹੋਰ ਸਮਾਨ ਜਿਹੜਾ ਹੈਗਾ ਚੂਰਨ ਮਸਾਲੇ ਸਿੱਟਣ ਲੱਗ ਪੈਂਦੇ ਆ, ਉਹਦੇ ਨਾਲ ਖਰਚ ਵੱਧ ਹੈ ਅਤੇ ਪ੍ਰੋਪਰ ਫਾਇਦਾ ਨਹੀਂ ਹੁੰਦਾ, ਪਨੀਰੀ ਕਮਜ਼ੋਰ ਰਹਿ ਜਾਂਦੀ, ਫਿਰ ਉਹਨੂੰ ਚੱਲਣ 'ਚ ਵੀ ਸਮੱਸਿਆ ਆਉਂਦੀ ਜਦੋਂ ਪੁੱਟ ਕੇ ਲਾਉਂਦੇ ਹਾਂ। ਤਾਂ ਇਹਦੇ ਵਿੱਚ ਸਿਰਫ ਦੋ ਤੱਤ ਤੁਸੀਂ ਇਹ ਧਿਆਨ ਨਾਲ ਕਿਰਪਾ ਕਰਕੇ ਸੁਣ ਲਿਆ ਜੇ। ਕਈ ਕਿਸਾਨ ਵੀਰ ਜਿਹੜੀ ਫਾਰਮੂਲੇਸ਼ਨ ਹੈ, ਜੇ ਫਰਜ਼ ਕਰ ਲਓ ਕਿ ਜਿਵੇਂ ਨਵੇਂ ਪੱਤੇ ਪੀਲੇ ਪੈਂਦੇ ਆ, ਬੂਟੇ ਚਿੱਟੇ ਹੁੰਦੇ ਆ, ਪੱਤੇ ਉੱਪਰਲੇ ਦੌਗੀਆਂ ਦੇ ਵਿੱਚ, ਜਾਂ ਹੌਲੀ 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 ਜਿਹੜੀ ਸਾਰੀ ਪਨੀਰੀ ਉਹ ਪੀਲਾਪਣ ਦਿਖਾਉਣ ਲੱਗ ਪੈਂਦੀ ਆ, ਜੇ ਆਪਾਂ ਸਹੀ ਸਮੇਂ ਇਲਾਜ ਨਹੀਂ ਕਰਦੇ, ਤਾਂ ਇਹ ਹੈਗੀ ਆ ਲੋਹਾ ਤੱਤ ਦੀ ਘਾਟ। ਲੋਹਾ ਤੱਤ ਦੀ ਘਾਟ ਜ਼ਮੀਨ 'ਚ ਤੱਤ ਪਾਉਣ ਨਾਲ ਪੂਰੀ ਨਹੀਂ ਹੁੰਦੀ। ਪਨੀਰੀ ਨੂੰ ਵੀ ਆਪਾਂ ਸਪਰੇਅ ਨਾਲ ਹੀ ਸਹੀ ਕਰ ਸਕਦੇ, ਕਿਉਂਕਿ ਸਪਰੇਅ ਨੇ ਤੁਰੰਤ ਅਸਰ ਕਰਨਾ ਜ਼ਮੀਨ 'ਚ। ਆਪਾਂ ਫਸਲ ਦੇ ਵਿੱਚ ਜੇ ਕੋਈ ਤੱਤ ਦੀ ਜ਼ਰੂਰਤ ਆ, ਲੋਹਾ ਤੱਤ ਤਾਂ ਆਪਾਂ ਜ਼ਮੀਨ 'ਚ ਕਦੇ ਵੀ ਨਹੀਂ ਪਾਉਣਾ, ਨਾ ਇਹਦਾ ਕੋਈ ਫਾਇਦਾ ਹੁੰਦਾ। ਜਿਵੇਂ ਮੈਂਗਨੀ ਤੱਤ ਆ, ਉਹਦਾ ਜ਼ਮੀਨ 'ਚ ਪਾਉਣ ਦਾ ਨਹੀਂ ਫਾਇਦਾ ਹੁੰਦਾ, ਜੇ ਆਪਾਂ ਉੱਪਰ ਸਪਰੇਅ ਕਰਦੇ ਹੁੰਦੇ ਹਾਂ। ਤਾਂ ਜਿਹੜਾ ਹੈਗਾ ਅੱਧਾ ਤੋਂ 1% ਫੈਰ ਸਲਫੇਟ, ਜਿਹੜਾ ਫੈਰ ਸਲਫੇਟ ਹਰਾ ਕਸੀਸ ਦੇ ਨਾਂ 'ਤੇ ਵੀ ਤੁਸੀਂ ਜਾਣਦੇ ਹਾਂ, ਤਾਂ ਇਹ ਆਪਾਂ ਸਪਰੇਅ ਕਰਨੀ ਹੈ। ਫੈਰ ਸਲਫੇਟ 19% ਆਉਂਦਾ, ਇਹ ਆਪਾਂ 5 ਤੋਂ 10 ਗ੍ਰਾਮ 1 ਲੀਟਰ ਪਾਣੀ ਮਗਰ, 1/2 ਕਿਲੋ ਤੋਂ 1 ਕਿਲੋ 100 ਲੀਟਰ ਪਾਣੀ ਮਗਰ ਸਪਰੇਅ ਕਰਨੀ ਆ। ਹਫ਼ਤੇ ਹਫ਼ਤੇ 'ਤੇ ਜਿਹੜੀ ਹੈਗੀਆਂ 2 ਸਪਰੇਆਂ ਆਪਾਂ ਕਰ ਦੇਣੀਆਂ, ਅਤੇ ਜਿੱਥੇ ਜ਼ਿਆਦਾ ਪੀਲਾਪਣ ਦਿਖਾਉਂਦਾ ਉਹਨੂੰ ਆਪਾਂ ਸ਼ਾਮ ਨੂੰ ਪਨੀਰੀ ਨੂੰ ਪੂਰਾ ਭਰ ਦੇਣਾ, ਅਤੇ ਸਵੇਰ ਨੂੰ ਪਾਣੀ ਗਰਮ ਹੋਣ ਤੋਂ ਪਹਿਲਾਂ ਖੇਤ 'ਚੋਂ ਕੱਢ ਦੇਣਾ, ਮਤਲਬ ਭਰਮੇ ਪਾਣੀ ਲਾਉਣੇ ਆ, ਉਹਦੇ ਨਾਲ ਵੀ ਜਿਹੜੀ ਲੋਹਾ ਤੱਤ ਦੀ ਘਾਟ ਪੂਰੀ ਹੋ ਜਾਂਦੀ ਆ। ਦੂਸਰਾ, ਜੇ ਪੱਤੇ ਜੰਗਾਲੇ ਹੁੰਦੇ ਦੌਗੀਆਂ 'ਚ ਸੁੱਕਦੇ ਆ, ਤਾਂ ਜਿੰਕ ਤੱਤ, ਕਿਉਂਕਿ ਕਈ ਕਿਸਾਨ ਵੀ ਡਾਇਆ ਵਰਤ ਲੈਂਦੇ, DAP ਫਾਸਫੋਰਸ ਪਹਿਲਾਂ ਜ਼ਮੀਨ 'ਚ ਬਹੁਤ ਹੈ, ਜਿੰਕ ਆਪਾਂ ਪਾਉਂਦੇ ਨਹੀਂ, ਜਿੰਕ ਦੀ ਘਾਟ ਆ ਜਾਂਦੀ ਆ। ਤਾਂ ਜਿੰਕ ਵਾਸਤੇ ਤੁਸੀਂ 21% ਜਿੰਕ ਆ ਜਿਹੜਾ, ਉਹ 5 ਗ੍ਰਾਮ 1 ਲੀਟਰ ਪਾਣੀ ਮਗਰ, 100 ਲੀਟਰ ਪਾਣੀ ਮਗਰ 1/2 ਕਿਲੋ, ਜਾਂ ਫਿਰ 33% ਜਿੰਕ 3 ਗ੍ਰਾਮ 1 ਲੀਟਰ ਪਾਣੀ ਮਗਰ, 100 ਲੀਟਰ ਪਾਣੀ ਮਗਰ 300 ਗ੍ਰਾਮ, ਇਹ ਆਪਾਂ ਸਪਰੇਅ ਕਰ ਦੇਣੀ ਆ। ਹਫ਼ਤੇ ਹਫ਼ਤੇ ਦੇ ਗੈਪ 'ਤੇ 2 ਸਪਰੇਆਂ ਕਰ ਦੇਣੀਆਂ, ਵੱਧ ਕੁਆਂਟਿਟੀ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ।
ਪੂਰੀ ਤਸੱਲੀ ਨਾਲ ਸਪਰੇਅ ਕਰਨੀ ਆ ਤਾਂ ਆਪਣੀ ਜਿਹੜੀ ਪਨੀਰੀ ਆ ਉਹ ਦਿਨਾਂ ਦੇ ਵਿੱਚ ਠੀਕ ਹੋ ਜੂਗੀ। 3-4 ਦਿਨਾਂ 'ਚ ਤੁਹਾਨੂੰ ਰਿਜ਼ਲਟ ਆ ਜਿਹੜਾ ਸ਼ਾਨਦਾਰ ਰਿਜ਼ਲਟ ਦਿਸਣੇ ਸ਼ੁਰੂ ਹੋ ਜਾਣਗੇ। ਹੋਰ ਕੋਈ ਚੀਜ਼ ਵਾਧੂ ਪਾਉਣ ਦੀ ਲੋੜ ਨਹੀਂ, ਥੱਲੇ ਖਾਦਾਂ ਆਪਾਂ ਬਿਜਾਈ ਟਾਈਮ ਪਾਤੀਆਂ ਨੇ, ਯੂਰੀਆ ਪਾਤੀ, ਸੁਪਰ ਪਾਤੀ, ਜਿੰਕ ਪਾਤੀ, ਪੋਟਾਸ਼ ਪਾਤੀ, ਇਦੂ ਬਾਅਦ ਦੂਜੀ ਡੋਜ਼ ਯੂਰੀਆ ਦੀ 12-15 ਦਿਨ 'ਤੇ ਦੇਣੀ ਆ। ਇਹਨਾਂ ਤੱਤਾਂ ਦੀਆਂ ਸਪਰੇਆਂ ਤੁਸੀਂ 4-4-5-5 ਦਿਨ 'ਤੇ ਗੈਪ 'ਤੇ ਵੀ ਕਰ ਸਕਦੇ ਹਾਂ, ਅਤੇ 2-3 ਸਪਰੇਆਂ ਕਰੋ ਦਿਨਾਂ ਦੇ ਵਿੱਚ, ਪਨੀਰੀ ਤੁਹਾਡੀ ਸ਼ਾਨਦਾਰ ਹਰੀ ਭਰੀ ਨਰੋਈ ਪਨੀਰੀ ਤਿਆਰ ਹੋਊਗੀ। ਬਹੁਤ ਬਹੁਤ ਧੰਨਵਾਦ।